السلام علیکم جی، آج سارے یہ پیرٹ ایک باہر ہے کہ یار ماشاء اللہ بدل ہی ہے تو یہ پیرٹ سارے نہ کولر دے بیچ بڑا پیا یہ رات رہا دا بھی تھا یہ تقریباً ماشاء اللہ جی تو سن اپنے تتراں نو تے پیرٹ جو انہوں نے خوراک پا کے تو اج منڈی تے بھی ساج یہ بھائی میں اپنا دیسی انکوبیٹر بنایا جی ٹمپریچر کیونکہ تھوڑی تلے آیا بدے ڈھکن میں کھول آئے تھے تو ماشاء اللہ انڈے بہترین پیا ਮਿਲਦਾ ਮਾਸ਼ਾ ਅੱਲਾ ਜੀ ਸਾਡਾ ਇੱਥੇ ਤੱਕ ਬੋਲਦਾ ਪੀਏ ਦੇਖ ਸਕਦੇ ਤੁਸੀਂ ਇਹ ਮਾਸ਼ਾ ਅੱਲਾ ਜੋੜਾ ਹੀ ਵਧਿਆ ਸਾਰਾ ਇੱਥੇ ਜੋੜਾ ਇਹ ਜੋੜਾ ਵਧਿਆ ਤੇ ਉੱਤੇ ਕੋਕਟੇਲ ਬੈਠੀ ਅਤੇ ਵਿੱਚ ਨਹੀਂ ਵਧੇ ਅੱਜ ਆਸਟ੍ਰੇਲੀਅਨ ਪੈਰਟ ਹਮ ਲੈ ਕੇ ਆਣਗੇ ਦੂਜੇ ਹਮਾਰੇ ਕੁੱਕੜ ਹੈ ਜੀ ਕੁੱਕੜ ਦੇਖੋ ਉਹ ਇਹ ਬਾਹਰ ਕਿਉਂ ਨਿਕਲ ਆਏ ਤੋ ਅਭੀ ਉਹ ਨਿਕਲ ਗਿਆ ਨਹੀਂ ਬਾਹਰ ਕੁੱਕੜ ਇਹ ਬੜਾ ਤੰਗ ਕਰਨਾ ਇਸ ਨੂੰ ਕੁੱਕੜ ਸਾਡੇ ਅੰਡਾ ਕੌਣ ਸੀ ਤਾਲੇ ਫਿਲਹਾਲ ਇੱਕ ਸਾਰਾ ਕੁੱਕੜ ਜਿਹੜੀ ਮੁਰਗੀ ਹੈ ਨਾ ਉਹ ਗਿੱਦੜ ਚਾ ਕੀਤੀ ਇਹਨਾਂ ਨੂੰ ਹਾਲੇ ਫਿਲਹਾਲ ਬੰਦ ਕਰ ਰੱਖੇ ਨੇ ਖੁਰਾਕ ਇਹਨਾਂ ਨੂੰ ਬਾਅਦ ਹੀ ਪੈਸਾ ਹੈ ਥੋੜ੍ਹੀ ਇਹਦੇ ਸਾਰੇ ਵਧਣ ਜੀ ਇਰਾਨੀ ਤਿੱਤਰ ਦੱਖਣੀ ਮਲ ਕੇ ਤੇ ਦੱਖਣੀ ਤਿੱਤਰ ਵਧਣ ਸਾਰੇ ਮਾਸ਼ਾ ਅੱਲਾ ਜੀ ਦੇਖ ਸਕਦੇ ਹੋਣ ਡੇ ਕੁਛ ਮਾਸ਼ਾ ਅੱਲਾ ਇੱਕ ਨਾਰ ਅਤੇ ਦੋ ਮਾਦੀਆਂ ਵਧੀਆਂ ਜਿਹੜੇ ਦੂਜੇ ਘਰ ਚਿੱਤਰ ਵਧਣ ਅਸਾਂ ਉਹ ਦੇਖ ਗਏ ਬਿਨਾਂ ਦੇ ਕੇ ਹਾਲਾਤ ਬੁਆ ਕਿਆ ਤੈਨੂੰ ਉਹਨਾਂ ਕੇ ਕਿਆ ਅੰਡੇ ਦਿੱਤੇ ਨੇ ਜਾਂ ਨਹੀਂ ਦਿੱਤੇ ਮੈਂ ਜਲਦੀ ਜਲਦੀ ਉਹਨਾਂ ਨੂੰ ਬਾਂਝ ਕੇ ਉਹਨਾਂ ਨੂੰ ਖੁਰਾਕ ਪੈਂਦਾ ਅਤੇ ਤੁਹਾਨੂੰ ਹੋਰ ਸ਼ਹਿ ਵੀ ਆਈ ਦਿਖਾਉਂਦਾ ਬਹੁਤ ਮਜ਼ੇ ਦੀ ਵੀ ਅਤੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਲਾਜ਼ਮੀ ਸਬਸਕ੍ਰਾਈਬ ਕਰ ਅਤੇ ਅੱਜ ਦੀ ਮਜ਼ੇਦਾਰ ਵੀਡੀਓ ਹੋਈ ਥਾਂਕਣ ਅਸਾਂ ਕਿਉਂਕਿ ਅੱਜ ਮੰਡੀ 'ਚ ਵੈਸੇ ਮੰਡੀ ਤੋਂ ਆਸਟ੍ਰੇਲੀਅਨ ਪੈਰਟ ਕੇ ਨਿਕਲ ਕਿਉਂਕਿ ਮੈਂ ਕੋਲ ਆਸਟ੍ਰੇਲੀਅਨ ਪੈਰਟ ਫਿਲਹਾਲ ਇੱਕ ਬੱਚੀ ਵਧੀਆ ਕਿਉਂਕਿ ਬਾਕੀ ਦੂਜਾ ਘਰ ਸ਼ਿਫਟ ਕੀਤਾ ਸੀ ਨਾ ਉਹ ਸਕੂਲ ਬਣ ਗਿਆ ਸਾਡਾ ਉਹ ਤੁਹਾਨੂੰ ਸਕੂਲ ਲਿਆ ਦੇਖਿਆ ਤੂੰ ਜਿਹੜਾ ਸਕੂਲ ਸਾਰਾ ਕੰਮ ਜ਼ਰੂਰ ਸ਼ੁਰੂ ਕਰਦੇ ਅਤੇ ਮੈਂ ਹੁਣ ਤਿੱਤਰਾਂ ਮੰਝ ਕੇ ਖੁਰਾਕ ਪਾ ਕੇ ਨਾ ਇਸ ਘਰ ਸਾਰੇ ਤਿੱਤਰ ਕਿਉਂਕਿ ਸਾਰੇ ਚਾਰ ਪੰਜ ਘਰ ਪੰਜਾਂ ਘਰਾਂ 'ਚ ਬਣਾਉਣਾ ਪਾਉਂਦਾ ਸਵੇਰੇ ਸਵੇਰੇ ਭਾਈ ਹੋਰਾਂ ਰੋਜ਼ਾ ਰੱਖ ਕੇ ਮੰਨ ਲੈਂਦੇ ਸੁੱਤੇ ਪੈਣ ਅਤੇ ਮੈਂ ਬੂਹਾ ਖੜਕਾ ਕੇ ਤਿੱਤਰਾਂ ਨੂੰ ਖੁਰਾਕ ਸ਼ੁਰਾਕ ਪਾਇਆ ਕਿਉਂਕਿ ਇਕੱਠੇ ਤਿੱਤਰ ਹੋਵੇ ਤਾਂ ਤੰਗ ਕਰਨ ਇਸ ਵਜ੍ਹਾ ਤੋਂ ਅਲੱਗ ਅਲੱਗ ਜਾ ਤੇ ਸਾਂ ਸ਼ਿਫਟ ਕਰ ਚੋਣ ਤਿੱਤਰਾਂ ਕੋਲ ਜਦੋਂ ਇਸ ਟਾਈਮ ਪਹੁੰਚਣ ਆਪਣੇ ਇਹਨਾਂ ਤਿੱਤਰਾਂ ਕੋਲ ਅਤੇ ਆਪਾਂ ਨਹੀਂ ਕਰਾਂਗੇ ਇਹ ਆਪਾਂ ਜੀ ਫਿਰ ਦਿਨ ਜਿਸ ਮਿੱਟੀ ਬਣਾਈ ਮੈਂ ਅਸੀਂ ਲੇਪ ਲਾੜੀ ਕਰ ਦੇਣਾ ਇਹ ਨਾ ਚੂੰਝੇ ਨਾ ਉਹਦੇ ਵਿੱਚ ਮਰੇ ਦੇ ਰਹਿੰਦੇ ਮੈਂ ਤੁਹਾਨੂੰ ਨਹੀਂ ਕਹਿੰਦਾ ਕਿ ਇੱਥੇ ਮਿੱਟਦੇ ਦਿਖਾਏ ਲਾਲਾ ਇਹ ਰੋਜ਼ ਦੇ ਪਿਆ ਉਸ ਚੂੰਡ ਵਾਲੀ ਜਾ 'ਤੇ ਉਹ ਦੇਖ ਸਕਦੇ ਉਹ ਇਸੇ ਖੱਪੇ ਦੇ ਵਿੱਚ ਫਿਰਦੇ ਰਹਿੰਦੇ ਇਹਨੂੰ ਇਹ ਵੇਟ ਕਿਵੇਂ ਜੇ ਇਰਾਨੀ ਦੇਖਦੇ ਆਪਾਂ 'ਚ ਫਿਰਦੇ ਉਹ ਚੂੰਡ ਚੁੜੇ ਦੇਖਣ ਲਿਆਦਾ ਦੋਹਾਂ ਸਾਈਡਾਂ ਦੇ ਵਿੱਚ ਵਾਂਝ ਕੇ ਅਤੇ ਉਹ ਕਰੇਗਾ ਮੈਂ ਜਲਦੀ ਜਲਦੀ ਅੰਦਰ ਵੜ ਵਾਂ ਤਾਂ ਕਿ ਇਹਨਾਂ ਨੂੰ ਜਾ ਬੜੀ ਧੁੰਦਲੀ ਹੈ ਲੈਟ ਆਨ ਕਰ ਹੈ ਆਇਆ ਆਇਆ ਇੱਥੇ ਮਿੱਟੀ ਲਾਉਣੀ ਪਊ ਸੀ ਟੈਡ ਕਰਕੇ ਸਾਨੂੰ ਕਿਉਂਕਿ ਹੁਣ ਫਿੜੇ ਨਹੀਂ ਫਿਲਹਾਲ ਲਾਂਡੇ ਛਾਂਡੇ ਕੋਈ ਨਹੀਂ ਅਤੇ ਛਾ ਛਾ ਬਣੇ ਦੇ ਵਤੇ ਹੁਣ ਬਾਹਰ ਨਿਕਲ ਕੇ ਉਸ ਸਾਈਡ ਤੋਂ ਲੇ ਦੇਵਾਂ ਹੇ ਲੈ ਜੀ ਹੁਣ ਤੁਸੀਂ ਨਾ ਫਿੜ ਸੋ ਹੁਣ ਦੂਜੀ ਸਾਈਡ 'ਤੇ ਰੁਈਆਂ ਰੀਤ ਕਰਕੇ ਦੇ ਦੇਵਾਂ ਇਹ
ਇਹ ਬੜੇ ਸ਼ਰਾਰਤ ਤੱਕ ਰਹਿੰਦੇ ਨੇ, ਇਸ ਵਾਸਤੇ ਇਹਨਾਂ ਨੂੰ ਨਾ ਨਾ ਆਰਾਮ ਆਰਾਮ ਨਾਲ ਆਰਾਮ ਆਰਾਮ ਓਏ ਹੋਏ ਫਸ ਗਈਆਂ ਦਰਵਾਜ਼ੇ ਛੋਟੇ ਨਸ ਇੰਨਾ ਲੰਡੇ ਛੰਡੇ ਇੰਨਾ ਵੀ ਕੋਈ ਨਹੀਂ ਤੇ ਜਹਾਜ਼ ਛਾਪਣੇ ਦੇ ਵਧੇ ਤਕਰੀਬਨ ਹੁਣ ਨੰਬੇ ਸਰ ਉਹ ਕਿਉਂ ਕੱਢ ਕੇ ਬਾਹਰ ਅਸੀਂ ਬਾਹਰ ਨਿਕਲਵਾਂ ਹੁਣ ਤੁਸੀਂ ਵੱਧ ਭੇੜੇ ਕਿਉਂ ਇਹਨਾਂ ਦੀ ਚੂੰਝਾਂ ਦੇਖਣਾ ਖਰਾਬ ਥੀ ਗਈਆਂ ਇਹ ਹੁਣ ਕੰਮ ਸੀ ਕਿ ਸਾਰਾ ਫਾਈਨਲ ਇਸ ਨੂੰ ਬੋਕੇ ਨੂੰ ਮੈਂ ਥਾਈ ਰੱਖ ਦਿਆਂ ਅਤੇ ਹੱਦ ਹੋ ਗਏ ਨਾ ਇਸੇ ਤਰ੍ਹਾਂ ਦਾ ਕੰਮ ਫਾਈਨਲ ਸੀ ਅਤੇ ਸਾਨੂੰ ਹੁਣ ਥੋੜ੍ਹੀ ਜਿਹੀ ਮਸਤੀਆਂ ਦਿਖਾਉਂਦਾ ਮੈਂ ਡੋਗ ਦੀਆਂ ਇਹ ਸਾਰੇ ਨਿੱਕੇ ਨਿੱਕੇ ਡੋਗ ਜੀ ਕਿਉਂਕਿ ਹਮਾਰੀ ਜੋ ਕੁੱਤੀ ਸੀ ਉਸਨੇ ਬੱਚੇ ਦੇ ਦੀ ਇੱਥੇ ਤੋ ਇਹ ਛੋਟੇ ਛੋਟੇ ਬੱਚੇ ਹੈ ਬਹੁਤ ਸ਼ਰਾਰਤੀ ਬੱਚੇ ਏਕ ਦੋ ਤੀਨ ਏਕ ਚਾਰ ਕਿਉਂਕਿ ਤਿੰਨ ਚਾਰ ਬੰਦੇ ਲੈ ਗਏ ਥੇ ਚਾਰ ਏਕ ਉਹ ਉੱਧਰ ਪਤਾ ਉਹ ਉੱਧਰ ਦੇਖ ਸਕਦੇ ਪਾਂਚ ਏਕ ਔਰ ਹਮਾਰਾ ਲੈ ਗਏ ਥੇ ਤੋ ਯੇ ਇਨਕਾ ਘਰ ਹੈ ਆਪਣੇ ਦੁਕਾਨ 'ਤੇ ਮੰਝ ਕੇ ਅਤੇ ਤਿਆਰੀ ਕਰਕੇ ਅਤੇ ਕਲੂਰ ਨਿਕਲਦੇ ਹਾਂ ਕਿਉਂਕਿ ਉੱਥੇ ਮੰਝ ਕੇ ਸਭ ਆਸਟ੍ਰੇਲੀਅਨ ਪੈਰਟ ਕਿਉਂਕਿ ਅੱਜ ਮੰਡੀ ਸੀ ਕੱਢਣੀ ਨਹੀਂ